ਸਤਿ ਸ਼੍ਰੀ ਅਕਾਲ ਜੀ ਮੈਂ ਨਵਜੋਤ ਕੀ ਗਲੋਬਲ ਇਮੀਗ੍ਰੇਸ਼ਨ ਤੋਂ ਅੱਜ ਆਪਾਂ ਗੱਲ ਕਰਾਂਗੇ ਜੀ ਸਾਰੇ ਪ੍ਰੋਸੈਸ ਦੇ ਬਾਰੇ ਕੈਨੇਡਾ ਦੇ ਵਿੱਚ ਤੁਸੀਂ ਐਜ਼ ਅ ਟਰੱਕ ਡਰਾਈਵਰ ਜਾਣਾ ਚਾਹੁੰਦੇ ਹੋ ਅਤੇ ਕੀ ਐਲੀਜੀਬਿਲਟੀ ਤੁਹਾਨੂੰ ਚਾਹੀਦੀ ਹੈ ਕੀ ਡਾਕੂਮੈਂਟ ਚਾਹੀਦੇ ਤੁਹਾਨੂੰ ਸੋ ਮੈਂ ਸਾਰਾ ਕੁਝ ਤੁਹਾਨੂੰ ਅੱਜ ਬ੍ਰੀਫ ਦੱਸੂੰਗਾ ਸੋ ਸਟਾਰਟ ਕਰਦੇ ਹਾਂ ਜੀ LMIA ਪ੍ਰੋਸੈਸ ਸੋ LMIA ਜਿਹੜਾ ਪ੍ਰੋਸੈਸ ਹੁੰਦਾ ਉਹਦੇ 'ਚ ਤੁਹਾਨੂੰ ਜਿਹੜੇ ਬੇਸਿਕ ਚੀਜ਼ ਹੈ ਜੀ ਉਹ ਆਇਲਸ ਦੀ ਹੈ ਜੀ ਆਇਲਸ ਵਿੱਚੋਂ ਤੁਹਾਨੂੰ ਰੀਡਿੰਗ 'ਚੋਂ 4 ਰਾਈਟਿੰਗ ਲਿਸਨਿੰਗ ਸਪੀਕਿੰਗ 'ਚੋਂ 5 ਬੈਂਡ ਚਾਹੀਦੇ ਆ ਜੀ ਮੈਂ ਤੁਹਾਨੂੰ ਫੇਰ ਰਿਪੀਟ ਕਰਦਾ ਜੀ ਰੀਡਿੰਗ 'ਚੋਂ 4 ਰਾਈਟਿੰਗ ਲਿਸਨਿੰਗ ਸਪੀਕਿੰਗ 'ਚੋਂ 5 ਬੈਂਡ ਆ ਅਗਰ ਤੁਹਾਡੇ ਕਿਸੇ ਦੇ ਵਿੱਚੋਂ ਅੱਧਾ ਬੈਂਡ ਵੀ ਘੱਟ ਆ ਤਾਂ ਤੁਸੀਂ LMIA ਦੇ ਵਿੱਚ ਆਪਣਾ ਫਾਈਲ ਅਪਲਾਈ ਨਾ ਕਰਿਓ ਤੁਹਾਡੀ ਜਿਹੜੇ ਕੇਸ ਆ ਉਹ ਰਿਫਿਊਜ਼ ਹੋ ਜਾਣਾ ਜੀ ਸੋ ਇਹ ਮੈਂ ਤੁਹਾਨੂੰ ਵਾਰ ਵਾਰ ਫੇਰ ਰਿਪੀਟ ਕਰਿਆ ਅਗਰ ਅੱਧਾ ਬੈਂਡ ਵੀ ਘੱਟ ਤਾਂ ਫਾਈਲ ਆਪਣੀ ਨਾ ਲਗਾਇਓ ਅਤੇ ਇੱਦਾਂ ਦੇ ਬਹੁਤ ਸਾਰੇ ਕੇਸ ਨੇ ਜਿਹੜੇ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਆਏ ਕਿ ਅਗਰ ਕਿਸੇ ਨੇ ਅਸੀਂ ਤੋਂ ਅਪਲਾਈ ਕੀਤਾ ਸੀ ਅਤੇ ਐਟ ਦ ਐਂਡ ਉਹਦਾ ਰਿਜ਼ਲਟ ਕੀ ਹੋਇਆ ਜੀ ਉਹਦਾ ਵੀ ਜਿਹੜਾ ਕੇਸ ਆ ਰਿਫਿਊਜ਼ ਹੋ ਗਿਆ ਸੀ ਅਸੀਂ ਉਹਨਾਂ ਨੂੰ ਮਨਾ ਕੀ ਕਰਦੇ ਰਹੇ ਕਿ ਤੁਸੀਂ ਭਾਅ ਜੀ ਐਲੀਜੀਬਲ ਨਹੀਂ ਹੋ ਬਟ ਕਿਸੇ ਨਾ ਕਿਸੇ ਕਰਸਨ ਨੇ ਇਸਦੇ ਕਹਿਣ 'ਤੇ ਉਹਨਾਂ ਨੇ ਆਪਣਾ ਜਿਹੜਾ ਵੀਜ਼ਾ ਅਪਲਾਈ ਕੀਤਾ ਅਤੇ ਰਿਜ਼ਲਟ ਹੋਇਆ ਰਿਫਿਊਜ਼ ਸੋ ਇੱਕ ਤਾਂ ਹੋਈ ਆਇਲਸ ਦੀ ਜਿਹੜੀ ਮੈਂਡੇਟਰੀ ਮੈਂ ਤੁਹਾਨੂੰ ਦੱਸ ਦਿੱਤੀ ਆਲਰੇਡੀ ਅਤੇ ਸੈਕਿੰਡ ਚੀਜ਼ ਹੈ ਜੀ ਤੁਹਾਡਾ ਵੀਜ਼ਾ ਤੁਹਾਡੇ ਪਾਸਪੋਰਟ ਦੇ ਵੀਜ਼ਾ ਤੁਹਾਡਾ ਐਜ਼ ਏ ਹੈਬੀਟੈਕ ਡਰਾਈਵਰ ਲੱਗੇ ਹੋਏ ਦੈਨ ਹੀ ਤੁਸੀਂ ਐਜ਼ ਏ ਹੈਬੀਟੈਕ ਡਰਾਈਵਰ ਦੇ ਤੌਰ 'ਤੇ ਕੈਨੇਡਾ ਜਾ ਸਕਦੇ ਹੋ ਫਰੋਮ ਗਲਫ ਦੀ ਕਿਸੇ ਵੀ ਕੰਟਰੀ ਤੋਂ ਹੁਣ ਸਾਡੇ ਕੋਲ ਇੱਦਾਂ ਦੇ ਕਿਤੇ ਨੂੰ ਮੈਂ ਹੋਰ ਐਗਜ਼ਾਮਪਲ ਦਿੰਦਾ ਕਿ ਸਾਡੇ ਕੋਲ ਕਲਾਇੰਟ ਸੀ ਸਾਨੂੰ ਕਾਫੀ ਟਾਈਮ ਤੋਂ ਮਿਲਦਾ ਸੀ ਸਾਡੇ ਚੈਨਲ 'ਤੇ ਜਾਂ ਸਾਡੇ ਥਰੂ ਸਾਨੂੰ ਫੋਨ ਕਰਦਾ ਸੀ ਅਸੀਂ ਉਹਨੂੰ ਮਨਾ ਕਰਦੇ ਸੀ ਕਿ ਤਾਂ ਵੀ ਤੁਹਾਡੀ ਜਿਹੜਾ ਪ੍ਰੋਫੈਸ਼ਨ ਆ ਉਹ ਡਰਾਈਵਿੰਗ ਸੈਕਟਰ ਦਾ ਆ ਅਤੇ ਤੁਸੀਂ ਕੈਨੇਡਾ ਦੇ ਉੱਪਰ ਅਗਰ ਜਾਣਾ ਚਾਹੁੰਦੇ ਹੋ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡਾ ਪ੍ਰੋਫੈਸ਼ਨਲ ਜਿਹੜਾ ਤੁਸੀਂ ਪਹਿਲਾਂ ਚੇਂਜ ਕਰੋ ਐਜ਼ ਏ ਹੈਵੀਟੈਕ ਡਰਾਈਵਰ 'ਚ ਆਓ ਫਿਰ ਤੁਸੀਂ ਉੱਥੇ ਕੰਮ ਕਰੋ ਥੋੜ੍ਹਾ ਚਿਰ ਕਿਉਂਕਿ ਉਹਨਾਂ ਦਾ ਜਿਹੜਾ ਪਹਿਲਾਂ ਐਕਸਪੀਰੀਅੰਸ ਸੀ ਉਹ ਹੈਵੀਟੈਕ ਡਰਾਈਵਰ ਦਾ ਸੀਗਾ ਬਟ ਜਿਹੜਾ ਰਾਈਟ ਨਾਓ ਸੀਗਾ ਉਹ ਜਿਹੜਾ ਉਹ ਡਰਾਈਵਿੰਗ ਸੈਕਟਰ ਦਾ ਸੀਗਾ ਸੋ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਵੀਜ਼ਾ ਚੇਂਜ ਕਰੋ ਥੋੜ੍ਹਾ ਦਿਨ ਉੱਥੇ ਕੰਮ ਕਰੋ 3 ਮਹੀਨੇ ਜਾਂ 6 ਮਹੀਨੇ ਫਿਰ ਪਤਾ ਡਾਟਾ ਕੇਸ ਲਵਾਂਗੇ ਫਿਰ ਤੁਹਾਡਾ ਆਪਾਂ ਫਾਈਲ ਅਪਲਾਈ ਕਰਾਂਗੇ ਬਟ ਕਿਸੇ ਨਾ ਕਿਸੇ ਕਸਨ ਨੇ ਅਸੀਂ ਕਹਿਣ 'ਤੇ ਕਿਸੇ ਕੈਨੇਡਾ ਦੇ ਲੋਇਰ 'ਤੇ ਕਹਿਣ 'ਤੇ ਉਹਨਾਂ ਨੇ ਆਪਣੀ ਜਿਹੜੀ ਆ ਫਾਈਲ ਅਪਲਾਈ ਕੀਤੀ ਅਤੇ ਐਟ ਦ ਐਂਡ ਦਾ ਰਿਜ਼ਲਟ ਕੀ ਹੋਇਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹਦਾ ਜਿਹੜਾ ਵੀਜ਼ਾ ਰਿਫਿਊਜ਼ ਹੋ ਗਿਆ ਸੋ ਸਾਨੂੰ ਕੋਂਟੈਕਟ ਕੀਤਾ ਕਿ ਭਾਅ ਜੀ ਅਗਰ ਮੇਰੀ ਫਾਈਲ ਫੀਸ ਹੋ ਗਈ ਫਿਰ ਮੈਨੂੰ ਦੱਸਿਆ ਕਿ ਆਪਣੀ 2019 ਅਤੇ 2020 ਦੇ ਵਿੱਚ ਦੋਨਾਂ 'ਚ ਆਪਣੀ ਗੱਲ ਹੋਈ ਸੀ ਅਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਨਾ ਅਪਲਾਈ ਕਰੋ ਤਾਂ ਡਾਇਰਾ ਵੀਜ਼ਾ ਰਿਫਿਊਜ਼ ਹੋ ਜਾਣਾ ਅਤੇ ਐਟ ਦ ਅੰਡਰ ਵੀਜ਼ਾ ਰਿਫਿਊਜ਼ ਹੋਇਆ ਸਾਨੂੰ ਕਿਸੇ ਨੂੰ ਸ਼ੌਂਕ ਨਹੀਂ ਕਿਸੇ ਨੂੰ ਮਨਾ ਕਰਨ ਦਾ ਇਸ ਤੁਹਾਨੂੰ ਮਨਾ ਕਰਦੇ ਅਸੀਂ ਮਨਾ ਕਰਦੇ ਹਾਂ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਨਾਲ ਕਿ ਤੁਸੀਂ ਅਪਲਾਈ ਨਾ ਕਰੋ ਤੁਸੀਂ ਇਸ ਕੇਸ 'ਚ ਅਪਲਾਈ ਕਰੋ ਤੁਹਾਡਾ ਵੀਜ਼ਾ ਇਸ ਵਿੱਚ ਜਲਦੀ ਆ ਸਕਦਾ ਸੋ ਉਸ ਤੋਂ ਬਾਅਦ ਜੀ ਰਿਕੁਆਇਰਮੈਂਟ ਆ ਜਾਂਦੀ ਜੀ ਐਜੂਕੇਸ਼ਨ ਦੀ ਐਜੂਕੇਸ਼ਨ ਦੀ ਰਿਕੁਆਇਰਮੈਂਟ ਆ ਜੀ ਤੁਹਾਡੀ 10+2 ਅਗਰ ਤੁਸੀਂ 10th ਵੀ ਹੋ ਜਾਂ ਤੁਸੀਂ 8th ਵੀ ਹੋ ਤੁਸੀਂ ਆਇਲਸ ਪਾਸ ਕਰ ਲੈਂਦੇ ਫਿਰ ਤੁਸੀਂ ਜਾ ਸਕਦੇ ਹੋ ਬਟ ਤੁਸੀਂ ਉੱਥੇ ਜਾ ਕੇ ਪੱਕੇ ਨਹੀਂ ਹੋ ਸਕਦੇ ਅਗਰ ਤੁਹਾਡੇ ਕੋਲ ਜਿਹੜੀ ਐਜੂਕੇਸ਼ਨ ਆ ਉਹ 10+2 ਨਹੀਂ ਹੈਗੀ ਠੀਕ ਹੈ ਜੀ ਸੋ ਬੇਸਿਕ ਚੀਜ਼ਾਂ ਕਿਹੜੀਆਂ ਹੋਣਗੀ ਜੀ ਆਇਲਸ ਦੀ ਤੁਹਾਨੂੰ ਦੱਸਦੀ ਆ ਪਾਸਪੋਰਟ ਦਾ ਤੁਹਾਡਾ ਵੀਜ਼ਾ ਲੱਗਿਆ ਹੋਵੇ ਜੀ ਉਹ ਤੁਹਾਨੂੰ ਦੱਸਦਾ ਜੀ ਅਤੇ ਤੁਹਾਡਾ ਜਿਹੜਾ ਲਾਇਸੈਂਸ ਦਾ ਵਿਚਾਰ ਨੰਬਰ ਲਾਇਸੈਂਸ ਹੋਵੇ ਉਹ ਤੁਹਾਨੂੰ ਦੱਸ ਦਿੱਤਾ ਆ ਅਤੇ ਉਸ ਤੋਂ ਬਾਅਦ ਜੀ ਰਹਿ ਗਿਆ ਆਪਣਾ ਐਕਸਪੀਰੀਅੰਸ ਸੋ ਜਿਹੜਾ ਐਕਸਪੀਰੀਅੰਸ ਆ LMIA ਦੇ ਵਿੱਚ ਤੁਹਾਡਾ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਠੀਕ ਆ ਅਗਰ ਤੁਸੀਂ 2 ਸਾਲਾਂ ਦੇ ਵਿੱਚ ਇੰਡੀਆ ਵੋਕੇਸ਼ਨ ਕੱਟੀ ਹੈ ਜਾਂ ਪਾਕਿਸਤਾਨ ਵੋਕੇਸ਼ਨ ਕੱਟੀ ਹੈ ਜਿਹੜੀ ਵੀ ਕੰਟਰੀ ਤੁਸੀਂ ਹੋ ਤੁਹਾਡੀ ਹੋਮ ਕੰਟਰੀ ਆ ਤੁਸੀਂ ਵੋਕੇਸ਼ਨ ਕੱਟੀ ਆ ਉਹਦੇ 'ਚ ਜਿੰਨਾ ਤੁਸੀਂ ਟਾਈਮ ਸਪੈਂਡ ਕੀਤਾ ਉਹ ਸਾਰਾ ਟਾਈਮ ਜਿਹੜਾ ਮਾਈਨਸ ਹੋ ਜਾਏਗਾ ਸੋ ਸਪੋਜ਼ ਕਰੋ ਤੁਸੀਂ 2 ਸਾਲਾਂ ਦੇ ਵਿੱਚ 3 ਮਹੀਨੇ ਛੁੱਟੀ ਕੱਟੀ ਤੁਹਾਡਾ ਐਕਸਪੀਰੀਅੰਸ ਬਾਕੀ ਰਹਿ ਗਿਆ ਜੀ 21 ਮਹੀਨੇ ਦਾ ਠੀਕ ਹੈ ਜੀ ਸੋ ਅਨਕਲੀਅਰ ਆ ਜੀ ਸੋ ਬੇਸਿਕ ਚੀਜ਼ਾਂ ਮੈਂ ਫਿਰ ਰਿਪੀਟ ਕਰ ਦਿੰਦਾ ਜੀ ਆਇਲਸ ਦੇ ਵਿੱਚੋਂ ਰੀਡਿੰਗ 'ਚੋਂ 4 ਰਾਈਟਿੰਗ ਲਿਸਨਿੰਗ ਸਪੀਕਿੰਗ 'ਚ 5 ਬੈਂਡ 2 ਸਾਲ ਦਾ ਐਕਸਪੀਰੀਅੰਸ ਵੋਕੇਸ਼ਨ ਕੱਢ ਕੇ ਪਾਸਪੋਰਟ ਅਤੇ ਵੀਜ਼ਾ ਐਜ਼ ਏ ਹੈਬੀਟੈਕ ਡਰਾਈਵਰ ਹੀ ਲੱਗਿਆ ਹੋਵੇ ਅਤੇ ਐਜੂਕੇਸ਼ਨ ਦੀ ਮੈਂ ਇੱਦਾਂ ਦੱਸ ਦਿੱਤਾ ਜੀ 10th ਜਾਂ ਫਿਰ 2+2 ਹੋਵੇ ਤੁਸੀਂ ਉੱਥੇ ਅੱਗੇ PR ਹੋ ਸਕਦੇ ਹੋ ਸੋ ਦੂਸਰੇ ਪ੍ਰੋਗਰਾਮ ਜੀ ਅਗਰ ਜਿਹਨਾਂ ਦੇ ਇੰਨੇ ਬੈਂਡ ਨਹੀਂ ਆਉਂਦੇ ਠੀਕ ਹੈ ਜੀ ਸੋ ਦੂਸਰਾ ਪ੍ਰੋਗਰਾਮ ਜੀ PNP ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਸਾਡੇ ਕੋਲ ਪੋਜੀਸ਼ਨਸ ਅਵੇਲੇਬਲ ਹੈ ਨੋਵਾ ਸਕੋਸ਼ੀਆ PNP ਦੇ ਵਿੱਚ ਜਿਹਦੇ ਵਿੱਚ ਤੁਸੀਂ ਵਰਕ ਪਰਮਿਟ ਅਤੇ PR ਦੋਨੇ ਲਗਾ ਕੇ ਕੈਨੇਡਾ ਜਾ ਸਕਦੇ ਹੋ ਠੀਕ ਹੈ ਜੀ ਸੋ ਮੈਂ ਇਹਦੀ ਐਲੀਜੀਬਿਲਟੀ ਦੱਸ ਦਿੰਦਾ ਇਹਦੀ ਐਲੀਜੀਬਿਲਟੀ ਹੈ ਕਿ ਜੀ ਰੀਡਿੰਗ 'ਚੋਂ ਤੁਹਾਡੇ 3.5 ਲਿਸਨਿੰਗ 'ਚੋਂ 4.5 ਰਾਈਟਿੰਗ 'ਚੋਂ 4 ਅਤੇ ਸਪੀਕਿੰਗ 'ਚੋਂ 4 ਠੀਕ ਹੈ ਜੀ ਮੈਂ ਫਿਰ ਰਿਪੀਟ ਕਰਦਾ ਨਾ ਰੀਡਿੰਗ 'ਚੋਂ 3.5 ਲਿਸਨਿੰਗ 'ਚੋਂ 4.5 ਰਾਈਟਿੰਗ ਅਤੇ ਸਪੀਕਿੰਗ 'ਚੋਂ 4 ਬੈਂਡ ਸੋ ਇਹ ਚੀਜ਼ ਹੋ ਗਈ ਤੁਹਾਡੀ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਐਲੀਜੀਬਿਲਟੀ ਸੋ ਇਹਦੇ ਵਿੱਚ ਤੁਹਾਨੂੰ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਪਿਛਲੇ 5 ਸਾਲਾਂ ਦੇ ਵਿੱਚ ਅਤੇ ਤੁਸੀਂ ਕਰੰਟਲੀ ਔਨ ਡਿਊਟੀ ਹੈਗੇ ਹੋ ਜੇ ਸਪੋਜ਼ ਕਰ 2021 ਚੱਲ ਰਿਹਾ ਤੁਹਾਨੂੰ ਪਿਛਲੇ 5 ਸਾਲਾਂ ਦੇ ਵਿੱਚ 1 ਸਾਲ ਦਾ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਕਰੰਟਲੀ ਔਨ ਡਿਊਟੀ ਵੀ ਹੋ ਠੀਕ ਹੈ 10, 17, 18 ਦਾ ਐਕਸਪੀਰੀਅੰਸ ਸੀ ਤੁਸੀਂ 21 ਦੇ ਵਿੱਚ ਦੁਬਾਰਾ ਔਨ ਡਿਊਟੀ ਹੋ ਗਏ ਤਾਂ ਔਨ ਡਿਊਟੀ ਹੋਣ ਤੋਂ ਬਾਅਦ ਆਪਾਂ ਤੁਹਾਡਾ ਜਿਹੜਾ ਫਾਈਲ ਆ ਕੇਸ ਪੜ ਸਕਦੇ ਹਾਂ ਤੁਹਾਡੀ ਜਿਹੜੀ ਵੀਜ਼ਾ ਆ ਉਹ ਡੈਫੀਨੇਟਲੀ ਆਊਗਾ ਤੁਹਾਡਾ ਜਿਹੜਾ ਕੇਸ ਆ ਸਟਰੋਂਗ ਹੋ ਜਾਂਦਾ 1 ਸਾਲ ਦਾ ਐਕਸਪੀਰੀਅੰਸ ਆਸ ਦੇ ਬੈਂਡ ਮੈਂ ਤੁਹਾਨੂੰ ਦੱਸ ਦਿੱਤੇ ਆ ਐਜੂਕੇਸ਼ਨ ਇਹਦੇ ਵਿੱਚ 10+2 ਹੀ ਲੱਗਦੀ ਹੈ ਕਿਉਂਕਿ ਐਜੂਕੇਸ਼ਨ ਇਹਦੇ ਵਿੱਚ ਇਸ ਕਰਕੇ ਲੱਗਦੀ ਹੈ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ 2 ਫਾਈਲਾਂ ਸਬਮਿਟ ਹੁੰਦੀਆਂ ਨੇ ਸੋ 2 ਫਾਈਲਾਂ ਸਬਮਿਟ ਹੁੰਦੀਆਂ ਅਤੇ ਇਸ ਕਰਕੇ ਜਿਹੜੇ ਡੇਟ
ਤੁਹਾਨੂੰ ਸਾਰਿਆਂ ਨੂੰ ਪਤਾ ਹੀ ਡਿਊ ਟੂ ਕੋਵਿਡ 19 ਸਾਰਿਆਂ ਨੂੰ ਇਹ ਮੈਂਡੇਟਰੀ ਹੋ ਗਿਆ ਅਤੇ ਇਸ ਕਰਕੇ ਉਹਨਾਂ ਨੇ ਕੁਛ ਆਪਣੇ ਰੂਲ ਐਂਡ ਰੈਗੂਲੇਸ਼ਨ ਚੇਂਜ ਕਰ ਦਿੱਤੇ ਆ ਅਤੇ ਉਹ ਮੈਡੀਕਲ ਆਉਣ ਲੱਗ ਗਿਆ। ਸੋ ਮੈਡੀਕਲ ਆ ਜਾਂਦਾ ਫਿਰ ਤੁਸੀਂ ਮੈਡੀਕਲ ਜਦੋਂ ਪਾਸ ਹੋ ਜਾਂਦੇ ਫਿਰ ਤੁਹਾਨੂੰ ਪਾਸਪੋਰਟ ਰਿਕੁਐਸਟ ਲੈਟਰ ਆ ਜਾਂਦੀ ਆ ਅਤੇ ਤੁਸੀਂ ਆਪਣਾ ਪਾਸਪੋਰਟ ਸਬਮਿਟ ਕਰਵਾ ਕੇ ਫਿਰ ਆਪਣਾ ਪਾਸਪੋਰਟ ਅਤੇ ਵੀਜ਼ਾ ਲਵਾ ਸਕਦੇ। ਸੋ ਸੈਕਿੰਡ ਚੀਜ਼ ਹੈ ਜੀ PNP। PNP ਪ੍ਰੋਗਰਾਮ ਦੇ ਵਿੱਚ ਕੀ ਹੁੰਦਾ, ਤੁਸੀਂ ਪਹਿਲਾਂ ਰਜਿਸਟਰੇਸ਼ਨ ਕਰਦੇ ਹੋ, ਤੁਹਾਡਾ ਆਨਲਾਈਨ ਅਕਾਊਂਟ ਕ੍ਰੀਏਟ ਹੁੰਦਾ ਹੈ, ਉਸ ਤੋਂ ਬਾਅਦ ਤੁਹਾਡੀ ਜੋਬ ਆਫਰ ਹੁੰਦੀ ਹੈ। ਸੋ ਜੋਬ ਆਫਰ ਤੁਹਾਨੂੰ ਇੱਕ ਇੱਦਾਂ ਨਹੀਂ ਕਿ ਆਪਣੇ ਲੈਟਰ ਪੈਡ 'ਤੇ ਕੱਢ ਕੇ ਇੰਪਲੋਇਰ ਨੇ ਦੇ ਦਿੱਤਾ, ਤੁਸੀਂ ਇਮੀਗ੍ਰੇਸ਼ਨ ਦੇ ਥਰੂ ਤੁਹਾਡਾ ਸਾਰਾ ਪ੍ਰੋਸੈਸ ਹੁੰਦਾ ਹੈ, ਤੁਹਾਡਾ ਜਿਹੜਾ ਜੋਬ ਆਫਰ ਆਊਗਾ ਉਸ ਤੋਂ ਬਾਅਦ ਤੁਹਾਡੀ ਨੋਮੀਨੇਸ਼ਨ ਲੈਟਰ ਅਪਲਾਈ ਹੋਏਗੀ। ਨੋਮੀਨੇਸ਼ਨ ਲੈਟਰ ਜਦੋਂ ਤੁਹਾਡੀ ਅਪਲਾਈ ਹੋਗੀ ਉਹਦੇ ਨਾਲ ਤੁਹਾਡੀਆਂ ਦੋ ਚੀਜ਼ਾਂ ਦੀ ਅਪਰੂਵਲ ਹੁੰਦੀ ਹੈ ਜੀ, ਉਹ ਹੁੰਦੀ ਹੈ ਜੀ ਕਨਫਰਮੇਸ਼ਨ ਆਫ PNP ਅਤੇ ਅਨੀਸ਼ੀਅਲ ਅਪਰੂਵਲ ਆਫ ਵਰਕ ਪਰਮਿਟ। ਅਨੀਸ਼ੀਅਲ ਅਪਰੂਵਲ ਆਫ ਵਰਕ ਪਰਮਿਟ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਅਨੀਸ਼ੀਅਲ ਅਪਰੂਵਲ ਵਰਕ ਪਰਮਿਟ ਤੋਂ ਲੈ ਕੇ ਤੁਸੀਂ ਉੱਥੇ ਵਰਕ ਪਰਮਿਟ 'ਤੇ ਜਾ ਸਕਦੇ ਹੋ ਅਤੇ ਲੇਟਰ ਆਨ ਜਿਹੜੀ ਤੁਹਾਡੀ ਫਾਈਲ ਆ PR ਦੀ ਉਹ ਨਾਲ ਨਾਲ ਪ੍ਰੋਸੈਸ ਹੁੰਦੀ ਰਹਿੰਦੀ ਆ ਅਤੇ ਉੱਥੇ ਜਾ ਕੇ ਤੁਸੀਂ ਫਿਰ 12 ਤੋਂ 18 ਮਹੀਨੇ ਬਾਅਦ ਤੁਸੀਂ PR ਹੋ ਜਾਂਦੇ। ਜੇ ਤੁਹਾਡੀ ਨੋਮੀਨੇਸ਼ਨ ਲੈਟਰ ਆ ਜਾਂਦੀ ਫਿਰ ਤੁਹਾਡੀਆਂ ਦੋ ਫਾਈਲਾਂ ਰੈਡੀ ਹੁੰਦੀਆਂ ਜੀ, ਇੱਕ ਵਰਕ ਪਰਮਿਟ ਦੀ, ਇੱਕ PR ਦੀ। ਵਰਕ ਪਰਮਿਟ ਦੀ ਫਾਈਲ ਜਿੱਥੇ ਤੁਸੀਂ ਹੈਗੇ ਉੱਥੇ ਨੀਅਰੈਸਟ ਜਿਹੜਾ ਆਪਣਾ ਸੈਂਟਰ ਅੰਬੈਸੀ ਉੱਥੇ ਆਪਾਂ ਸਬਮਿਟ ਕਰ ਦਾਂਗੇ। ਜਿਹੜੀ PR ਦੀ ਫਾਈਲ ਆ ਉਹ ਹੁੰਦੀ ਹੈ ਜੀ ਪੇਪਰ ਬੇਸਡ ਫਾਈਲ, ਉਹ ਕੋਰੀਅਰ ਹੁੰਦੀ ਆ ਕੈਨੇਡਾ ਦੇ ਵਿੱਚ CIC ਉੱਥੇ। ਸੋ ਪਹਿਲਾਂ ਤੁਹਾਡਾ ਜੀ ਵਰਕ ਪਰਮਿਟ ਅਪਰੂਵਲ ਆਊਗਾ, ਤੁਸੀਂ 2 ਸਾਲ ਦਾ ਵਰਕ ਪਰਮਿਟ ਲੈ ਕੇ ਤੁਸੀਂ ਕੈਨੇਡਾ ਜਾ ਕੇ ਕੰਮ ਕਰਨਾ ਸਟਾਰਟ ਕਰ ਦੇਣਾ, ਲਾਇਸੈਂਸ ਬਣਾ ਕੇ ਆਪਣਾ ਕੰਮ ਕਰਨਾ ਸਟਾਰਟ ਕਰੋ। ਜਦੋਂ ਫਿਰ ਉਸ ਤੋਂ ਬਾਅਦ ਤੁਹਾਡੀ PR ਦੀ ਮੈਡੀਕਲ ਰਿਕੁਐਸਟ ਹੁੰਦੀ ਹੈ। PR ਦੀ ਮੈਡੀਕਲ ਰਿਕੁਐਸਟ ਆਉਣ ਤੋਂ ਬਾਅਦ ਤੁਸੀਂ ਉੱਥੇ PR ਦੀ ਮੈਡੀਕਲ ਫੀਸ ਪੇ ਕਰਕੇ ਪਲੱਸ ਲੈਂਡਿੰਗ ਫੀਸ ਪੇ ਕਰਕੇ ਤੁਸੀਂ ਆਪਣਾ ਮੈਡੀਕਲ ਦਾਨ ਕਰਾਉਂਦੇ ਹੋ, ਫਿਰ ਤੁਹਾਡਾ ਜਿਹੜਾ ਪਾਸਪੋਰਟ ਰਿਕੁਐਸਟ ਲੈਟਰ ਹੁੰਦੀ ਆ, ਫਿਰ ਤੁਹਾਡਾ ਜਿਹੜਾ ਪਾਸਪੋਰਟ ਅਤੇ ਵੀਜ਼ਾ ਉਹ ਚੇਂਜ ਹੋ ਜਾਂਦਾ ਹੈ, ਵਰਕਰ ਤੋਂ ਤੁਹਾਡਾ ਇਮੀਗ੍ਰੈਂਟ ਵੀਜ਼ਾ ਹੋ ਜਾਂਦਾ, ਫਿਰ ਤੁਸੀਂ ਉੱਥੇ PR ਹੋ ਜਾਂਦੇ। ਸੋ ਹੋਰ ਕਿਸੇ ਵੀ ਇਨਫੋਰਮੇਸ਼ਨ ਦੇ ਲਈ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੱਤੀ ਆ, ਅਤੇ LMIA ਦੇ ਬੇਸ 'ਤੇ ਪਲੱਸ PR ਦੇ ਬੇਸ 'ਤੇ ਹੈ ਨਾ ਤੁਸੀਂ ਕਿਵੇਂ ਕੈਨੇਡਾ ਜਾ ਸਕਦੇ ਹੋ, ਸਾਰਾ ਪ੍ਰੋਸੈਸ ਮੈਂ ਤੁਹਾਨੂੰ ਸਮਝਾ ਦਿੱਤਾ। ਤੁਹਾਨੂੰ ਹੋਰ ਕੋਈ ਵੀ ਡਾਊਟ ਆ ਤੁਸੀਂ ਸਾਡੇ ਹੇਠ ਦਿੱਤੇ ਨੰਬਰ 'ਤੇ ਸਾਨੂੰ ਕੰਟੈਕਟ ਕਰ ਸਕਦੇ ਹੋ, ਜਾਂ ਸਾਡੀ ਵੈਬਸਾਈਟ 'ਤੇ ਜਾ ਕੇ ਸਾਨੂੰ ਇਨਫੋਰਮੇਸ਼ਨ, ਤੁਸੀਂ ਉੱਥੇ ਲੈਂਡਿੰਗ ਪੇਜ 'ਤੇ ਜਾ ਕੇ ਆਪਣੀ ਇਨਫੋਰਮੇਸ਼ਨ ਐਡ ਕਰ ਸਕਦੇ ਹੋ ਅਤੇ ਸਾਡੀ ਟੀਮ ਤੁਹਾਨੂੰ ਕੰਟੈਕਟ ਕਰੇਗੀ। ਉਸ ਤੋਂ ਬਾਅਦ ਤੁਸੀਂ ਸਾਡਾ ਯੂਟਿਊਬ ਚੈਨਲ ਆ ਜੀ, ਤੁਸੀਂ ਉਹਨੂੰ ਸਬਸਕ੍ਰਾਈਬ ਕਰੋ, ਤੁਸੀਂ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ, ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਆਉਣ ਵਾਲੇ ਟਾਈਮ 'ਤੇ ਸਾਰੀਆਂ ਮਿਲਦੀਆਂ ਰਹਿਣ। ਤੋਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਲਿੰਕ ਵੀ ਪਾ ਦਿੰਦਾ, ਤੁਸੀਂ ਸਾਡਾ ਯੂਟਿਊਬ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮਚ ਕੀ ਗਲੋਬਲ ਇਮੀਗ੍ਰੇਸ਼ਨ।